ਪਹਿਲਾਂ ਤਾਂ ਤੁਹਾਡਾ ਵਿਰਸਾ ਟੀ ਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਜੱਸੀ ਗੱਲ ਉਹ ਪੰਜਾਬੀ ਸਿੰਗਰ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਗਾਣੇ ਵੀ ਦਿੱਤੇ, ਜਿਨ੍ਹਾਂ ਦਾ ਹਰ ਇੱਕ ਗਾਣਾ ਹੁੰਦਾ ਹੈ ਸੁਪਰ ਹਿੱਟ। ਜੇ ਆਪਾਂ ਉਹਨਾਂ ਦੇ ਗਾਣਿਆਂ ਦੀ ਗੱਲ ਕਰੀਏ ਤਾਂ ਸਾਰੇ ਗਾਣੇ ਹੀ ਵਧੀਆ ਹੁੰਦੇ ਨੇ, ਜਿਵੇਂ ਬਾਪੂ ਜਿਮੀਦਾਰ ਅਤੇ ਗੱਭਰੂ ਅਤੇ ਕਈ ਹੋਰ ਵੀ ਗਾਣੇ ਜੋ ਕਿ ਉਹਨਾਂ ਦੇ ਸੁਪਰਹਿੱਟ ਰਹੇ ਨੇ। ਜੱਸੀ ਗੱਲ ਨੇ ਸਨੈਪਚੈਟ ਦੇ ਜ਼ਰੀਏ ਆਪਣੀ ਜ਼ਿੰਦਗੀ ਦੀਆਂ ਜੁੜੀਆਂ ਹੋਈਆਂ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ। ਉਹਨਾਂ ਨੇ ਫੋਟੋ ਸ਼ੇਅਰ ਕੀਤੀਆਂ ਜਿਸ ਵਿੱਚ ਲਿਖਿਆ ਹੈ ਕਿ ਘਰਦਿਆਂ ਦੇ ਨਾਲ ਲੜ ਲੜ ਕੇ ਵੀ ਚੀਜ਼ਾਂ ਲੈਂਦਾ ਰਿਹਾ ਅਤੇ ਘਰਦਿਆਂ ਨੇ ਹਰ ਇੱਕ ਰੀਝ ਪੂਰੀ ਕੀਤੀ ਆ ਅਤੇ ਆਪਣਾ ਜ਼ਿੰਦਗੀ 'ਚ ਫੈਮਿਲੀ ਤੋਂ ਵੱਧ ਕੇ ਹੋਰ ਕੋਈ ਨਹੀਂ ਕਰ ਸਕਦਾ। ਇਹ ਪਹਿਲੀ ਪੇਂਟਿੰਗ ਬਣਾਈ ਸੀ ਮੇਰੇ ਡਰਾਇੰਗ ਵਾਲੇ ਸਰ ਨੇ, ਪਲੱਸ ਟੂ ਦੀ ਫੇਅਰਵੈਲ ਪਾਰਟੀ ਦੀ ਫੋਟੋ ਸੀ ਅਤੇ ਅੱਜ ਵੀ ਮੇਰੇ ਪਿੰਡ ਵਾਲੇ ਰੂਮ ਦੇ ਵਿੱਚ ਲੱਗੀ ਆ, ਜਿਸ ਵਿੱਚ ਲਿਖਿਆ ਵੈਸੇ ਤਾਂ ਸੁਣਿਆ ਮੈਂ ਤੇਰੀ ਪਹੁੰਚ ਖੁਦਾ ਤੱਕ ਹੈ, ਕਦੇ ਮੁਸ਼ਕਲ ਪੈ ਜਾਵੇ ਬੰਦੇ ਨੂੰ ਪਰਖ ਲਵੀਂ। ਇਸ ਤਸਵੀਰ ਦੇ ਵਿੱਚ ਲਿਖਿਆ ਉਹਨੇ ਫਸਟ ਐਲਬਮ ਆਉਣ ਤੋਂ ਪਹਿਲਾਂ 5 ਮਿੰਟ ਟਾਈਮ ਲਿਆ ਸੀ ਸ਼ਹਿਰੀਮਾਨ ਵੀਰ ਤੋਂ ਅਤੇ ਆਪਣੇ ਸ਼ਹਿਰ ਖੰਨੇ ਦੁਸਹਿਰੇ ਦੇ ਮੇਲੇ 'ਤੇ ਐਂਡ ਬੜੀ ਮੁਸ਼ਕਲ ਨਾਲ ਪਹੁੰਚਿਆ ਸੀ ਵੀਰ ਤੱਕ। ਬਿਗ ਰਿਸਪੈਕਟ ਫੋਰ ਸ਼ਹਿਰੀ ਵੀਰਾ ਐਂਡ ਪੂਰੀ ਲਾਈਫ ਇਹ ਚੀਜ਼ ਨਹੀਂ ਭੁੱਲ ਸਕਦਾ। ਲਵ ਯੂ ਵੀਰੇ ਸੱਤਾ। 2 ਸਾਲ ਸਟੂਡੀਓ ਜਾਂਦਾ ਰਿਹਾ ਲਗਾਤਾਰ, ਹਰ ਰੋਜ਼ ਕੁਝ ਨਾ ਕੁਝ ਬਣਾਉਂਦੇ ਰਹਿੰਦੇ ਸੀ ਅਤੇ ਗੁਰੀ ਵੀਰੇ ਨਾਲ ਉਦੋਂ ਸੱਤਾ ਐਜ਼ ਏ ਸਾਊਂਡ ਇੰਜੀਨੀਅਰ ਕੰਮ ਕਰਦਾ ਸੀ। ਇਹ 2 ਬੰਦਿਆਂ ਦਾ ਵੀ ਬਹੁਤ ਵੱਡਾ ਹੱਥ ਆ ਮੇਰਾ ਇੱਥੇ ਤੱਕ ਆਉਣ ਦੇ ਲਈ। ਗੋਲਡੀ ਐਂਡ ਸੱਤਾ। ਪਹਿਲੇ ਵੀਡੀਓ ਸ਼ੂਟ ਦੀ ਫੋਟੋ, ਕੁਛ ਨਹੀਂ ਸੀ ਪਤਾ ਕੀ ਕਰਨਾ ਕੀ ਨਹੀਂ, ਬਸ ਕਰ ਦਿੱਤਾ। ਪਹਿਲੀ ਸੈਲਫੀ ਆਈਫੋਨ ਤੋਂ, ਉਦੋਂ ਇਹ ਵਰਲਡ ਇਨਵੈਂਟ ਵੀ ਨਹੀਂ ਹੋਇਆ ਸੀ। ਇਹ ਫੋਨ ਆਸਟ੍ਰੇਲੀਆ ਤੋਂ ਆਪਣੀ ਕਮਾਈ ਦਾ ਲਿਆ ਸੀ, ਚੰਡੀਗੜ੍ਹ ਦਾ ਵੀ ਚਾਅ ਹੁੰਦਾ ਸੀ, ਫੋਟੋਗ੍ਰਾਫਰ ਨਾਲ ਲੈ ਕੇ ਆਉਂਦੇ ਸੀ। ਇਹ ਚੀੜੇ ਵੀ ਬਹੁਤ ਲੱਕੀ ਆ ਮੇਰੇ ਲਈ, ਇਹ ਜਦੋਂ ਹੋਇਆ ਉਸ ਟਾਈਮ ਮੈਂ ਆਸਟ੍ਰੇਲੀਆ ਗਿਆ ਸੀ ਇਹਨੂੰ ਦੇਖਣ, ਮਤਲਬ ਇਹਦੇ ਕਰਕੇ ਹੀ ਵੀਜ਼ਾ ਲੱਗਿਆ ਸੀ ਮੇਰਾ। ਐਂਡ ਉੱਥੇ ਫਿਰ ਆਪਾਂ ਕੀਤਾ ਕਾਰ ਵਾਸ਼ ਐਂਡ ਪੈਸਿਆਂ ਨਾਲ ਕੀਤੀਆਂ ਵੀਡੀਓ। ਇਹ ਉਹ ਦਿਨ ਨਾਲ ਲੁਧਿਆਣੇ ਜਿਸ ਦਿਨ ਮੈਂ ਆਪਣੀ ਫੈਮਿਲੀ ਦੇ ਨਾਲ ਮੌਲ ਗਿਆ ਅਤੇ ਮੈਨੂੰ ਪਛਾਣ ਕੇ ਕਿਸੇ ਨੇ ਆਟੋਗ੍ਰਾਫ ਲਿਆ ਅਤੇ ਕਿਹਾ ਤੁਹਾਡਾ ਗਾਣਾ ਅਕਸਰ ਟੀਵੀ 'ਤੇ ਦੇਖਦਾ ਹੁੰਦਾ। ਇਹ ਦਿਨ ਵੀ ਲਾਈਫ ਦਾ ਕਦੇ ਨਹੀਂ ਭੁੱਲ ਸਕਦਾ। ਬਾਬਾ ਜੀ ਤੁਹਾਡੇ ਸਭ ਦੇ ਸੁਪਨੇ ਪੂਰੇ ਕਰਨ, ਮੇਰਾ ਵੀ ਇਹ ਬਹੁਤ ਵੱਡਾ ਡ੍ਰੀਮ ਸੀ। ਇਹ ਕਾਰ ਵਿੱਚ ਜਾਂਦਾ ਸੀ ਪਹਿਲੀ ਐਲਬਮ ਬੈਚਮੈਂਟ ਦੇ ਪੋਸਟਰ ਲਗਾਉਣ, ਆਪਣੇ ਹੱਥਾਂ ਨਾਲ ਲਗਾ ਕੇ ਆਉਂਦਾ ਸੀ ਖੁਦ ਪੋਸਟਰ, ਮਤਲਬ ਜੋ ਚਾਹ ਸੀ ਐਕਸਪਲੇਨ ਨਹੀਂ ਕਰ ਸਕਦਾ। ਅੱਜ ਵੀ ਯਾਦ ਕਰਦਾ ਤਾਂ ਸ਼ੁਕਰ ਕਰਦਾ ਉਸ ਮਾਲਕ ਦਾ। ਇਹ ਪੋਸਟਰ ਬਣਾਉਂਦਾ ਹੁੰਦਾ ਸੀ ਆਪ ਹੀ ਰਿਲੀਜ਼ ਹੋਣ ਤੋਂ ਪਹਿਲਾਂ। ਫਿਰ ਫਾਈਨਲੀ ਐਲਬਮ ਆਈ ਮੇਰੀ ਬੈਚਮੇਟ। ਇਹ ਉਹ ਤਸਵੀਰਾਂ ਸੀ ਜੋ ਜੱਸੀ ਗੱਲ ਨੇ ਆਪਣੇ ਸਨੈਪਚੈਟ ਦੇ ਜ਼ਰੀਏ ਆਪਣੇ ਫੈਨਸ ਦੇ ਨਾਲ ਸ਼ੇਅਰ ਵੀ ਕੀਤੀਆਂ। ਇਸ ਤੋਂ ਆਪਾਂ ਹਿਸਾਬ ਲਾ ਸਕਦੇ ਕਿ ਜੱਸੀ ਗੱਲ ਨੇ ਆਪਣੀ ਲਾਈਫ ਦੇ ਵਿੱਚ ਕਿੰਨਾ ਕੁ ਸਟਰਗਲ ਕਰਕੇ ਅੱਗੇ ਵਧੇ ਨੇ ਅਤੇ ਅੱਜ ਉਹਨਾਂ ਦਾ ਗਾਣਾ ਹਰ ਇੱਕ ਸੁਪਰਹਿੱਟ ਹੁੰਦਾ ਅਤੇ ਲੋਕ ਉਹਨਾਂ ਦੇ ਗਾਣੇ ਨੂੰ ਬਹੁਤ ਹੀ ਜ਼ਿਆਦਾ ਪਿਆਰ ਵੀ ਦਿੰਦੇ ਨੇ। ਅਤੇ ਅੱਜ ਲਈ ਇੰਨਾ ਹੀ ਅਤੇ ਨਵੀਂ ਵੀਡੀਓ ਨਾਲ ਜਲਦੀ ਹੀ ਮਿਲਾਂਗੇ। ਤੁਸੀਂ ਦੇਖ ਰਹੇ ਹੋ ਵਿਰਸਾ ਟੀਵੀ। ਸਾਡੀਆਂ ਨਵੀਂ ਅਪਡੇਟ ਦੇਖਣ ਦੇ ਲਈ ਵਿਰਸਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਦਬਾ ਦਿਓ ਬੈਲ ਦਾ ਆਈਕਾਨ।